ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 8ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 7ਵਾਂ ਰਾਸ਼ੀਆਂ ਦੀ ਤੁਲਨਾ ਅਭਿਆਸ ਨੰਬਰ 7.6 ਇਸ ਅਭਿਆਸ ਵਿੱਚ ਤਿੰਨੇ ਸਵਾਲ ਹਨ ਸੋ ਤਿੰਨੋਂ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹਲ ਆਪਣੀ ਨੋਟਬੁੱਕ 'ਚ ਉਤਾਰ ਲਓ ਤੇ ਮਗਰੋਂ ਦੀ ਕਿੰਨੋਂ ਸਵਾਲਾਂ ਨੂੰ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਗਿਆਨ ਵਧਣ ਤੋਂ ਪਹਿਲੇ ਤੁਹਾਨੂੰ ਚੇਤਾ ਕਰਾ ਦਵਾਂ ਕੁਝ ਹੋਰ ਪਲੇਲਿਸਟਾਂ ਵੀ ਹਨ ਜੋ ਤੁਹਾਡੇ ਬੜੇ ਕੰਮ ਆ ਸਕਦੀਆਂ ਹਨ ਇੱਕ ਅਗਲੀ 8th ਮੈਥ ਨੋਟਸ ਜਿਹਦੇ ਵਿੱਚ ਗਣਿਤ ਦੇ ਪਰਿਭਾਸ਼ਾਵਾਂ ਸਿਧਾਂਤਾਂ ਨੂੰ ਬੜੇ ਵਿਸਥਾਰ ਨਾਲ ਸਮਝਾਇਆ ਗਿਆ ਹੈ ਜੇ ਤੁਸੀਂ ਇਹ ਵੀਡੀਓ ਦੇਖੋਗੇ ਤੇ ਤੁਹਾਨੂੰ ਸਵਾਲ ਕਰਨੇ ਤੇ ਸਮਝਣੇ ਬੜੇ ਸੌਖੇ ਹੋ ਜਾਣਗੇ ਇੱਕ ਅਗਲੀ 8th ਸਾਇੰਸ ਜਿਹਦੇ ਵਿੱਚ ਸਾਇੰਸ ਦੇ ਨੋਟਸ ਤੇ ਬੜੀ ਐਕਸਰਸਾਈਜ਼ ਹੱਲ ਕਰਕੇ ਪਾਈ ਗਈ ਹੈ ਫਿਰ ਇੱਕ 8th ਇੰਗਲਿਸ਼ ਫਿਰ ਇੱਕ 8th ਗ੍ਰਾਮਰ ਇੱਕ ਅਗਲੀ ਗਣਿਤ ਦੇ ਸਿਧਾਂਤ ਤੇ ਇੱਕ ਅਗਲੀ ਹੈ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਸੋ ਤੁਸੀਂ ਬੱਚਿਓ ਉਹ ਪਲੇਲਿਸਟਾਂ ਵੀ ਜ਼ਰੂਰ ਖੋਲ ਕੇ ਦੇਖੋ ਆਓ ਦੇਖੀਏ ਬੱਚਿਓ ਪਹਿਲਾ ਸਵਾਲ ਕੀ ਹੈ ਇਹ ਸਵਾਲ ਅਗਲੇ ਨੇ ਬੱਚਿਓ ਮਿਸ਼ਰਤ ਵਿਆਜ ਦੇ ਉੱਤੇ ਪਹਿਲੇ ਜਿਹੜੀ ਅਸੀਂ ਅਭਿਆਸ ਕੀਤਾ ਸੀਗਾ 7.5 ਉਹch ਅਸੀਂ ਸਧਾਰਨ ਵਿਆਜ ਦੇ ਬਾਰੇ ਗੱਲ ਕੀਤੀ ਸੀ ਹੁਣ ਅਸੀਂ ਕਰਾਂਗੇ ਮਿਸ਼ਰਤ ਵਿਆਜ ਜਿਹਦੇ ਵਿੱਚ ਮੂਲ თან ਵਿੱਚ ਵਿਆਜ ਜਿਹੜਾ ਜੁੜ ਜਾਂਦਾ ਤੇ ਦੂਜੇ ਸਾਲ ਵਿੱਚ ਉਹ ਵਿਆਜ ਜਮ੍ਹਾਂ ਮੂਲ თან ਉੱਤੇ ਵਿਆਜ ਲੱਗਦਾ ਸੋ ਵਿਆਜ ਤੇ ਵਿਆਜ ਵਿਆਜ ਤੇ ਵਿਆਜ ਜਿਹੜਾ ਹੁੰਦਾ ਹੈ ਜਿਹੜਾ ਵਿਆਜ ਮੂਲ თან ਨੂੰ ਜੋੜ ਦਿੱਤਾ ਜਾਵੇ ਫਿਰ ਜਿਹੜਾ ਉਹ ਇਕੱਠਾ ਰਾਸ਼ੀ ਬਣੇ ਉੱਤੇ ਫਿਰ ਮੁੜ ਕੇ ਵਿਆਜ ਲਾਇਆ ਜਾਵੇ ਉਹਨੂੰ ਅਸੀਂ ਕਹਿੰਦੇ ਆ ਕੰਪਾਊਂਡ ਇੰਟਰਸਟ ਜਾਂ ਮਿਸ਼ਰਤ ਵਿਆਜ ਸੋ ਬੱਚਿਓ ਪਹਿਲਾ ਸਵਾਲ ਇਹ ਕਹਿੰਦੇ 14000 ਦੀ ਰਕਮ ਉੱਤੇ 2 ਸਾਲਾਂ ਲਈ 10% ਸਾਲਾਨਾ ਵਿਆਜ ਦੀ ਦਰ ਨਾਲ ਮਿਸ਼ਰਤ ਵਿਆਜ ਪਤਾ ਕਰੋ ਜੇਕਰ ਵਿਆਜ ਸਾਲਾਨਾ ਜੋੜਿਆ ਜਾਂਦਾ ਹੈ ਸੋ ਬੱਚਿਓ ਇਹੋ ਜਿਹੇ ਸਵਾਲਾਂ ਵਿੱਚ ਜਿੱਥੇ ਤਾਂ ਜਾਣਕਾਰੀ ਹੁੰਦੀ ਹੈ ਉਹਨੂੰ ਇਕੱਠੀ ਨੂੰ ਪਹਿਲੇ ਇੱਕ ਨਾ ਇਦਾਂ ਲਿਖ ਲਵੋ ਸੋ ਪੀ ਅਸੀਂ ਕਹਿੰਦੇ ਹਾਂ ਮੂਲ ਤਨ ਕਿਉਂਕਿ ਮੂਲ ਤਨ ਦਾ ਵੱਡਾ ਲਿਖਣਾ ਆਉਂਦਾ ਜਿਸੀ ਉਹਦੇ ਉਹਦੇ ਅਸੀਂ ਸਿੰਬਲ ਉਹਦੇ ਨਿਸ਼ਾਨ ਚਿੰਨ ਵਰਤੇ ਨੇ ਮੂਲ ਤੁਹਾਨੂੰ ਸੀ ਕਿਨੇ ਪ੍ਰਿੰਸੀਪਲ ਇੰਗਲਿਸ਼ ਵਿੱਚ ਤਾਂ ਪੀ ਲਿਖਿਆ ਜਾਂਦਾ ਪੀ ਬਰਾਬਰ ਮੂਲ ਤੁਹਾਨੂੰ ਬਰਾਬਰ 14000 ਤੇ ਆਰ ਬਰਾਬਰ ਹੁੰਦਾ ਰੇਟ ਠੀਕ ਹੈ ਜਿੰਨੂੰ ਨੇ ਦਰ ਸੋ ਵਿਆਜ ਦੀ ਦਰ ਉਹਨੂੰ ਅਸੀਂ ਆਰ ਲਿਖਦੇ ਹਾਂ 10% ਦਿੱਤੀ ਹੋਈ ਹੈ ਸਮਾਂ ਹੁੰਦਾ ਵਿੱਚ ਟਾਈਮ ਐਨ ਟਾਈਮ ਸਮਾਂ ਉਹ ਹੈਗਾ 2 ਸਾਲ ਤੇ ਇਹਨਾਂ ਨੇ ਕਿਹਾ ਬੱਚਿਓ ਹਰ ਸਾਲ ਸਲਾਨਾ ਜੋੜਿਆ ਜਾਂਦਾ ਹੈ 2 ਸਾਲ ਲਈ ਪਹਿਲੇ ਸਾਲ ਵਿਆਜ ਲੱਗਾ ਤੇ ਪਹਿਲੇ ਸਾਲ ਵਿਆਜ ਲੱਗਾ ਉਹ ਮੂਲ ਤੁਹਾਨੂੰ ਵਿੱਚ ਜੁੜ ਗਿਆ ਹੁਣ ਦੂਜੇ ਸਾਲ ਜਿਹਲੇ ਵਿਆਜ ਲੱਗਣਾ ਹੈ ਉਹ ਮੂਲ ਤਨ 'ਤੇ ਨਹੀਂ ਲੱਗਣਾ ਮੂਲ ਤਨ ਜਮਾ ਵਿਆਜ ਜਿਹੜਾ ਪਹਿਲੇ ਸਾਲ ਦਾ ਲੱਗਾ ਸੀ ਉਹ 'ਤੇ ਲੱਗਣਾ ਹੈ ਸੋ ਆਹ ਦੇਖਿਓ ਬੱਚੇ ਇਹਦਾ ਸੂਤਰ ਥੋੜਾ ਵੱਖਰਾ ਹੈ ਸਧਾਰਨ ਵਿਆਜ ਦਾ ਸੂਤਰ ਸਿਵਾ ਸਧਾਰਨ ਵਿਆਜ ਬਰਾਬਰ ਮੂਲ ਤਨ ਗੁਣਾ ਦਰ ਗੁਣਾ ਸਮਾਂ 100 ਹੁਣ ਅਸੀਂ ਕਰਾਂਗੇ ਮਿਸ਼ਰਤ ਵਿਆਜ ਜਿਹਦਾ ਸੂਤਰ ਥੋੜਾ ਵੱਖਰਾ ਹੈ ਉਹ ਤੁਹਾਨੂੰ ਚੰਗੀ ਤਰ੍ਹਾਂ ਰੱਟਾ ਲਾਣਾ ਹੈ ਜਵਾਨੀ ਲਿਖ ਲਿਖ ਕੇ ਉਹਦਾ ਅਭਿਆਸ ਕਰਨਾ ਹੈ ਹਉ ਦੇਖਿਓ ਬੱਚਿਓ ਇੱਥੇ ਮੈਂ ਫੇਰ ਦੁਬਾਰਾ ਲਿਖ ਲਿਆ ਤਾਂ ਕਿ ਗੱਲ ਇੱਥੇ ਸਾਨੂੰ ਪਤਾ ਲੱਗ ਜਾਏ ਇਹ ਹੈਗਾ ਬੱਚਿ ਇਹ ਹੁੰਦਾ ਅਮਾਉਂਟ ਜਿਹਨੂੰ ਸਨੇ ਮਿਸ਼ਰਤ ਤਨ ਇਕੱਠਾ ਜਿਹੜਾ ਪ੍ਰਾਪਤ ਕੀਤਾ ਵਿਆਜ ਦੇ ਨਾਲ ਹੁਣ ਬੱਚਿਓ ਇਹਦੇ ਵਿੱਚ ਕੀ ਹੁੰਦਾ ਹੈ ਇਹ ਸੂਤਰ ਦੇ ਰਾਹੀਂ ਸਾਨੂੰ T ਜਿੰਨਾ ਸਮਾਂ ਕਹਿਣ 2 ਸਾਲ ਕਹਿਣ 3 ਸਾਲ ਕਹਿਣ ਉਹਦੇ ਵਿੱਚ ਸਾਨੂੰ ਇੱਥੇ ਲਿਖ ਕੇ ਸਾਨੂੰ ਇਹ ਫਾਰਮੂਲਾ ਜਿਹੜਾ ਇਹ ਸੂਤਰ ਰਿਵਤਨ ਹੈ A ਬਰਾਬਰ ਮਿਸ਼ਰਤ ਤਨ ਬਰਾਬਰ P ਮੂਲ ਤਨ ਬ੍ਰੈਕਟ 1 R1 ਰੇਟ ਦਰ 100 ਤੇ ਪੂਰੇ ਦਾ ਬ੍ਰੈਕਟ ਪਾ ਕੇ ਉੱਤੇ ਦੀ ਘਾਤ ਆ ਤਾਂ ਅੰਕ ਅਸੀਂ ਪੜ ਚੁੱਕੇ ਆ ਇਹ ਸਾਨੂੰ ਪਤਾ ਹੋਣਾ ਚਾਹੀਦਾ ਹਨਾ ਸੋ T ਇੱਥੇ ਲਾ ਦੇਣਾ ਹੁਣ ਬੱਚਿਓ ਅਸੀਂ ਕੀ ਕਰਾਂਗੇ ਇਹ ਸਾਰੀਆਂ ਜਿਹੜੀ ਜਾਣਕਾਰੀ ਹੈਗੀ ਹੈ ਇਹਦੇ ਚ ਭਰ ਦੇਵਾਂਗੇ ਸੂਤਰ ਚ ਇਸ ਲਈ A ਬਰਾਬਰ ਮਿਸ਼ਰਤਨ ਬਰਾਬਰ P ਇਹ ਹੈਗਾ 14000 ਇੱਥੇ 14000 ਲਿਖ ਦਿੱਤਾ ਬ੍ਰੈਕਟ ਪਾ ਕੇ 1 ਜਮਾ R ਹੈਗਾ ਬੱਚਿਓ 10 ਸੋ 10 ਲਿਖ ਦਿੱਤਾ ਤੇ 100 ਤੇ ਸਮਾਂ ਹੈਗਾ ਵਿੱਚ 2 ਸਾਲ T ਦੀ ਜਗ੍ਹਾ ਇਹ 2 ਲਿਖ ਦਿੱਤਾ ਲਓ ਜੀ ਬਸ ਹੋ ਗਿਆ ਕੰਮ ਇੰਨਾ ਸੌਖਾ ਦੇਖੋ ਹੁਣ ਅਸੀਂ ਕੀ ਕਰਾਂਗੇ ਦੇਖੋ ਇਹ 0 ਦੇ ਨਾਲ ਇਹ 0 कट ਗਈ ਤੇ ਕੀ ਬਚ ਗਿਆ ਬੱਚਿਓ ਇੱਥੇ 1 10 1/10 ਤੇ 10 ਨੂੰ ਜਿਹੜਾ ਇਹਨਾਂ ਗੁਣਾ ਕੀਤਾ 10 1 10 10 11 11 11/10 ਸੋ so ਇਹ ਹੋ ਗਿਆ 14000 11/10 ਤੇ ਪੂਰੇ ਦੀ ਘਾਤ 2 ਹੁਣ ਬੱਚਿਓ ਜਿਹਨੇ ਇਹ 11/10 ਦੀ ਘਾਤ 2ਰ ਮਤਲਬ ਕਿ 11 ਦੀ ਘਾਤ 2 10 ਦੀ ਘਾਤ 2 ਠੀਕ ਹੈ ਸੋ 11 ਦੀ ਘਾਤ 2 ਮਤਲਬ 11 ਦਾ ਵਰਗ ਕਿੰਨਾ ਹੁੰਦਾ ਹੈ 121 ਤੇ 10 ਦਾ ਵਰਗ ਕੀ ਹੁੰਦਾ 10 group, 12 group. 12 group. 12 group 10, so 10, group, 10 groups, 100 ਸੋ ਇਹ ਹੋ ਗਿਆ 14000 121/100 ਇਹ ਦੋ ਸਿਫਰਾਂ ਦੇ ਨਾਲ ਦੋ ਸਿਫਰਾਂ ਕੱਟ ਗਈਆਂ ਤੇ ਇੱਥੇ ਬਚਿਆ 140 121 ਸੇ ਬੱਚੇ ਜਦੋਂ ਇੱਥੇ ਇੱਕ ਸਿਫਰ ਤੇ ਆ ਗਿਆ 14 14 14 28 ਔਰ 1 29 ਦੋ ਹਾਸਲ 14 14 216 16940 ਰੁਪਏ ਬੱਚੇ ਆ ਗਿਆ ਮਿਸ਼ਰਤ ਧਨ ਤੇ ਹੁਣ ਕਹਿੰਦੇ ਵਿਆਜ ਪਤਾ ਕਰਨਾ ਹੈ ਹੁਣ ਮਿਸ਼ਰਤ ਵਿਆਜ ਕੀ ਹੁੰਦਾ ਵਿੱਚ ਮਿਸ਼ਰਤ ਧਨ ਕਟਾ ਮੂਲ ਧਨ ਸੋ ਮਿਸ਼ਰਤ ਧਨ ਕਿੰਨਾ ਆਇਆ هەਵੜਾ 16940 ਤੇ ਮੂਲ ਧਨ ਕਿੰਨਾ ਹੈ 14000 ਸੋ ਬੱਚਿਓ ਇਸ ਤਰ੍ਹਾਂ ਮਿਸ਼ਰਤ ਵਿਆਜ ਕਿੰਨਾ ਹੋ ਗਿਆ 16940 ਚੋਂ 14000 ਜਲੇ ਘਟਾਇਆ ਤਾਂ ਕਿ 2940 ਰੁਪਏ ਸਾਡਾ ਹੋ ਗਿਆ ਮਿਸ਼ਰਤ ਵਿਆਜ ਮਿਸ਼ਰਤ ਵਿਆਜ ਜਿਹੜਾ ਵਿਆਜ ਤੇ ਵਿਆਜ ਲੱਗਿਆ ਮਣੀ ਪਹਿਲੇ ਸਾਲ ਵਿਆਜ ਜੁੜਿਆ ਤੇ ਫਿਰ ਉਹ ਮੂਲ ਤਨ ਜਮਾ ਵਿਆਜ ਦੂਜੇ ਸਾਲ ਦਾ ਉਹ ਮੂਲ ਤਨ ਬਣ ਗਿਆ ਠੀਕ ਹੈ ਤੇ ਫਿਰ ਦੂਜਾ ਫਿਰ ਦੁਬਾਰਾ ਫਿਰ ਵਿਆਜ ਲੱਗ ਇਹਨੂੰ ਕਹਿੰਦੇ ਆ ਮਿਸ਼ਰਤ ਵਿਆਜ ਠੀਕ ਹੈ ਬੱਚਿਓ ਸੋ ਆਪ ਦੇਖਿਓ ਹੁਣ ਅਗਲਾ ਸਵਾਲ ਇਹ ਬੱਚਿਓ ਅਭਿਆਸ ਕਰ ਲਿਓ ਨਵਾਂ ਵਿਸ਼ਾ ਹੈ ਇਹ ਵਿਹਾਰਿਕ ਸਵਾਲ ਨੇ ਪ੍ਰੈਕਟੀਕਲ ਸਵਾਲ ਨੇ ਕਿਤਾਬੀ ਸਵਾਲ ਨਹੀਂ ਹੈਗੇ ਗਾਂ ਜਾ ਕੇ ਤੁਸੀਂ ਕਿਰਤ ਯਾਰ ਕਰਨੀ ਹੈ ਬੈਂਕਾਂ ਵਿੱਚ ਆਪਣਾ ਖਾਤਾ ਖੋਲਣਾ ਹੈ ਤੇ ਉੱਥੇ ਤੁਸੀਂ ਇਹ ਰਾਸ਼ੀ ਜਮ੍ਹਾਂ ਕਰਾਣੀ ਹੈ ਵਿਆਜ ਦੇ ਉੱਤੇ ਤੇ ਤੁਹਾਨੂੰ ਇਹ ਸਭ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਹੈ ਠੀਕ ਹੈ ਅਗਲਾ ਆ ਗਿਆ ਦੂਜਾ ਸਵਾਲ ਬੱਚਿਓ 10000 ਰੁਪਏ 1000 ਰੁਪਏ ਦੀ ਰਕਮ ਉੱਤੇ 20% 20% ਸਾਲਾਨਾ ਵਿਆਜ ਦੀ ਦਰ ਤੇ 3 ਸਾਲਾਂ ਲਈ ਮਿਸ਼ਰਤ ਵਿਆਜ ਪਤਾ ਕਰੋ ਜੇਕਰ ਵਿਆਜ ਸਲਾਨਾ ਜੋੜਿਆ ਜਾਂਦਾ ਹੈ ਇੱਥੇ ਵਿੱਚੋਂ ਬਿੰਦੀ ਲੱਗੀ ਗਲਤੀ ਨਾਲ ਵਿਆਜ ਨਹੀਂ ਹੁੰਦਾ ਵਿਆਜ ਹੁੰਦਾ ਹੈ ਸਵੈ ਠੀਕ ਹੈ ਇਹਨੂੰ ਘੱਟ দাও ਸੋ ਜੋੜਿਆ ਜਾਂਦਾ ਸੋ ਪੀ ਬਰਾਬਰ ਮੂਲ ਤਨ 1000 ਰੁਪਿਆ ਆਰ ਬਰਾਬਰ ਵਿਆਜ ਦੀ ਦਰ ਬਰਾਬਰ 20% ਤੇ 3 ਸਾਲ ਦਾ ਸਮਾਂ ਟੀ ਬਰਾਬਰ ਸਮਾਂ ਬਰਾਬਰ 3 ਸਾਲ ਠੀਕ ਹੈ ਆਹ ਦੇਖਿਓ ਸਵਾਲ ਉਸੇ ਤਰ੍ਹਾਂ ਜਿਦਾ ਪਹਿਲੇ ਕਰਨਾ ਹੈ ਇਹ ਦੋ ਸਵਾਲ ਨੇ ਇਹ ਦੋ ਸਵਾਲ ਤੁਸੀਂ ਕਰ ਲਏ ਤੇ ਇੱਕ ਦਾ ਹੋਰ ਤੁਸੀਂ ਆਪਣਾ ਉਦਾਹਰਨ ਵਿੱਚੋਂ ਕਰ ਲਓ ਤੇ ਤੁਹਾਡਾ ਵਿਹਾਸ ਪੱਕਾ ਹੋ ਜਾਏਗਾ ਇੱਧਰ ਲਿਖ ਲਿਆ ਬੱਚਿਓ ਸਾਰਾ ਤੇ ਇਹ ਸੂਤਰ ਸਾਨੂੰ ਕੰਠ ਹੋਣਾ ਚਾਹੀਦਾ ਹੈ बार-बार ਲਿਖ ਕੇ ਸੂਤਰ ਨੂੰ ਤੁਸੀਂ ਅਭਿਆਸ ਕਰ ਲੈਣਾ ਹੈ a ਬਰਾਬਰ ਮਿਸ਼ਰਤਨ ਬਰਾਬਰ p ਬ੍ਰੈਕਟ 1 r 100 ਵੱਡਾ ਬ੍ਰੈਕਟ ਉੱਤੇ ਭਾਗੇ t ਲਓ ਜੀ ਹੁਣ ਇਹਦੇ ਵਿੱਚ ਅਸੀਂ ਸਾਰੇ ਮੁੱਲ ਪਾ ਲੈਣੇ ਨੇ ਸੋ ਇਸ ਲਈ a ਬਰਾਬਰ ਮਿਸ਼ਰਤਨ ਬਰਾਬਰ p ਹੈਗਾ 1000 1000 ਪਾਤਾ ਇੱਥੇ ਪਾਇਆ 1 20 ਇਹਦਾ ਰਹੀ ਹੈ 100 ਤੇ ਇੱਥੇ 3 t 3 ਇਹ ਦੇਖੋ ਬੱਚਿਓ ਇੱਕ ਸਿਫਰ ਦੇ ਨਾਲ ਇੱਕ ਸਿਫਰ ਕੱਟ ਗਈ ਤੇ ਕੀ ਬਚ ਗਿਆ ਇੱਥੇ 2/10 2/10 ਬਣ ਗਿਆ ਸੋ ਮੈਂ ਕੀ ਕੀਤਾ 10 1 so, so, 10 10 2 12 12/10 ਸੋ 12/10 ਹੁਣ ਬੱਚਾ ਇਹਦਾ ਮਤਲਬ ਕੀ ਹੋ ਗਿਆ ਕਿ 12 ਵੀ ਤਿੰਨ ਵਾਰ ਗੁਣਾ ਕਰਨਾ ਹੈ ਤੇ 10 ਨੂੰ ਵੀ ਤਿੰਨ ਵਾਰ ਗੁਣਾ ਕਰਨਾ ਹੈ ਸੋ 10 ਨੂੰ ਜਿਹੜੇ ਤਿੰਨ ਵਾਰ ਗੁਣਾ ਕੀਤਾ 10 ਦਾ ਘਾਣਾ ਆ ਗਿਆ ਤੇ 1000 ਠੀਕ ਹੈ ਤੇ 12 ਨੂੰ 12 12 144 ਤੇ 144 ਨੂੰ ਜਿਹੜੇ ਵਾਰਾ ਕੀਤਾ ਤੇ 12 48 12 48 ਤੇ 4 52 ਪੰਜ ਹਾਸਿਲ ਬਾਰੇ ਦਾ 12 ਪੰਜ 17 1728 ਸੋ 12 ਨੂੰ ਤਿੰਨ ਵਾਰ ਗੁਣਾ ਕੀਤਾ ਤੇ 1728 ਤੇ ਇਹ ਹਜ਼ਾਰ ਇਥੇ ਪੀ ਸਾਡਾ ਪਹਿਲੇ ਦਾ ਹੀ ਹੈਗਾ ਸੋ ਬੱਚਿਓ ਇਹ ਹਜ਼ਾਰ ਦੇ ਨਾਲ ਇਹ ਹਜ਼ਾਰ ਕੱਟਿਆ ਗਿਆ ਤੇ ਕੱਲਾ ਛੜਕੋ ਬਚਿਆ 1728 ਰੁਪਏ ਠੀਕ ਹੈ ਜੀ ਇਹ ਆ ਗਿਆ ਬੱਚਿਓ ਕੀ ਆ ਗਿਆ ਮਿਸ਼ਰਤ ਧਨ ਸੋ ਹੁਣ ਮਿਸ਼ਰਤ ਵਿਆਜ ਬਰਾਬਰ ਮਿਸ਼ਰਤ ਧਨ ਘਟਾ ਮੂਲ ਧਨ ਸੋ ਮਿਸ਼ਰਤ ਧਨ ਹੈ 1728 ਮੂਲ ਧਨ ਹੈ 1000 ਰੁਪਏ ਸੋ 1728 ਚੋਂ 1000 ਰੁਪਏ ਗਿਆ ਤੇ ਆ ਗਿਆ 728 ਰੁਪਏ ਇਸ ਤਰ੍ਹਾਂ ਮਿਸ਼ਰਤ ਵਿਆਜ ਬਰਾਬਰ 728 ਰੁਪਏ ਠੀਕ ਹੈ ਜੀ ਆਓ ਹੁਣ ਅਗਲਾ ਸਵਾਲ ਤੇ ਆਖਰੀ ਸਵਾਲ ਦੇਖੀਏ ਬਹੁ ਵਿਕਲਪੀ ਪ੍ਰਸ਼ਨ ਆ ਗਿਆ ਬੱਚਿਓ ਕਹਿੰਦੇ ਇਹਦੇ ਬੱਚਿਓ ਇੱਕ ਕਿਸਮ ਦਾ ਦੁਹਰਾਈ ਹੈਗੀ ਹੈ ਤਾਂ ਕਿ ਸੂਤਰ ਸਾਡੇ ਪੱਕੇ ਹੋ ਜਾਣ ਠੀਕ ਹੈ ਨਾ ਸੋ ਸਧਾਰਨ ਵਿਆਜ ਸਾਨੂੰ ਪਤਾ ਹੈ ਬੱਚਿਓ ਪੀ ਆਰਟੀ ਤੁਸੀਂ ਯਾਦ ਰੱਖ ਲਓ ਪੰਜਾਬ ਰੋਡਵੇਜ਼ ਟਰਾਂਸਪੋਰਟ ਠੀਕ ਹੈ ਨਾ ਪੀ ਆਰਟੀ ਪੀ ਆਰਟੀ ਹੈ ਨਾ ਯਾਦ ਰੱਖ ਲੈਣਾ ਪੰਜਾਬ रोडवेज ट्रांसपोर्ट कारपोरेशन पी आर टी होंगे ना सो पी आर टी कर लो सो पी प्रिंसिपल मूलधन आर रेट दर टी मैंने टाइम समा सो है आर टी इत आर आ जाएगा इतने टी आ जाएगा साढ़ा जवाब है बी पी आर टी बड़ा सौखा याद रखना है ना सो so, बच्चों अगला कहें दो हजार उत्ते दस परसेंट सालाना दर न एक साल है साधारण ब्याज सो so, सू पता है साधारण ब्याज मूलतन गुणा दर गुणा समा बटा सौ सो दो हजार ਦਰ 10 ਸਮਾਂ 1 ਸਾਲ 100 ਬੱਚਿਓ ਐ 200 ਐ 100 ਦੇ ਨਾਲ ਐ 2 ਸਿਫਰਾਂ ਗਈਆਂ ਤੇ 20 ਗੁਣਾ 10 ਸੋ 20 ਗੁਣਾ 10 200 ਰੁਪਏ 200 ਰੁਪਏ ਕਿੱਥੇ ਆ ਗਾ ਬੀ ਸੋ ਸਾਡਾ ਜਵਾਬ ਆ ਗਿਆ ਡੀ ਠੀਕ ਹੈ ਅੱਗੇ ਚਲੀਏ ਅਗਲਾ ਬੱਚਿਓ ਕਹਿੰਦੇ ਨੇ ਕਹਿੰਦੇ ਮਿਸ਼ਰਤ ਵਿਆਜ ਬਰਾਬਰ ਮਿਸ਼ਰਤ ਰਾਸ਼ੀ ਮੂਲਧਨ ਐ ਤੇ ਅਸੀਂ ਹੁਣੀ ਸਵਾਲ ਕੀਤੇ ਨੇ ਉੱਪਰ ਹਨਾ ਮਿਸ਼ਰਤ ਵਿਆਜ ਕਿੱਦਾਂ ਗੱਡੀਦਾ ਮਿਸ਼ਰਤ ਵਿਆਜ ਬਰਾਬਰ ਕਿਹਦੇ ਹੁੰਦਾ ਮਿਸ਼ਰਤ ਰਾਸ਼ੀ ਜਾਂ ਮਿਸ਼ਰਤ ਧਨ ਮੂਲਧਨ ਸੋ ਇੱਥੇ ਘਟਾ ਦਾ ਨਿਸ਼ਾਨ ਹੈਗਾ ਸੋ ਮਿਸ਼ਰਤ ਅੰਧ ਦੇ ਵਿੱਚੋਂ ਜਦੋਂ ਮੂਲ ਤਨ ਘਟਾਉਨੇ ਆ ਤੇ ਸਾਨੂੰ ਕੀ ਮਿਲ ਜਾਂਦਾ ਹੈ ਮਿਸ਼ਰਤ ਵਿਆਜ ਤੇ ਬੱਚਿਓ ਹੁਣ ਅਗਲਾ ਸੂਤਰ ਵੀ ਅਸੀਂ ਦੇਖ ਲਈਏ ਜੋ ਹਣੀ ਅਸੀਂ ਕੀਤਾ ਉਹਦੀ ਦੁਹਰਾਈ ਹੋ ਜੇਗੀ ਜਦੋਂ ਵਿਆਜ ਸਲਾਨਾ ਜੋੜਿਆ ਜਾਂਦਾ ਹੈ ਤਾਂ ਮਿਸ਼ਰਤ ਤਨ ਪਤਾ ਕਰਨ ਲਈ ਲਈ ਸਹੀ ਸੂਤਰ ਪਤਾ ਕਰੋ ਸੋ ਸਹੀ ਸੂਤਰ ਬੱਚਾ ਹੈਗਾ ਪੀ ਬ੍ਰੈਕਟ 1 ਜਮਾ r/100 ਤੇ ਬ੍ਰੈਕਟ ਬੰਦ ਕਰਕੇ ਉੱਤੇ ਦੀ ਪੂਰੇ ਦੀ ਘਾਤ t ਇਹ ਸਾਡਾ ਹੈਗਾ ਸੂਤਰ ਠੀਕ ਹੈ ਜੀ ਹਣ ਬੱਚਾ ਇੱਥੇ ਇਹਨਾਂ ਨੇ ਇੱਕ ਗਲਤੀ ਕੀਤੀ ਹੈ ਮੈਂ ਤੁਹਾਨੂੰ ਦੱਸ ਦਿੰਦਾ ਕਿਹੜੀ ਗਲਤੀ ਹੋਈ ਹੈ ਕਹਿੰਦੇ ਸਧਾਰਨ ਵਿਆਜ ਐਸ ਆਈ ਐਸ ਆਈ ਦਾ ਮਤਲਬ ਹੈ ਸਿੰਪਲ ਇੰਟਰਸਟ ਇੰਗਲਿਸ਼ ਵਿੱਚ ਸਧਾਰਨ ਵਿਆਜ ਜੁ ਕਹਿੰਦੇ ਸਿੰਪਲ ਇੰਟਰਸਟ ਅਤੇ ਮਿਸ਼ਰਤ ਵਿਆਜ ਸੀ ਆਈ ਇਹਨੂੰ ਕਹਿੰਦੇ ਕੰਪਾਊਂਡ ਇੰਟਰਸਟ ਮਿਸ਼ਰਤ ਵਿਆਜ ਜੁ ਕਹਿੰਦਾ ਹੈ ਕੰਪਾਊਂਡ ਇੰਟਰਸਟ ਇੱਕ ਸਾਲ ਤੋਂ ਜ਼ਿਆਦਾ ਸਮੇਂ ਦੀ ਸਥਿਤੀ ਵਿੱਚ ਹੁਣ ਬੱਚਿਓ ਇੱਕ ਸਾਲ ਲਈ ਤੇ ਚੱਲੇ ਕੀ ਹੁੰਦਾ ਹੈ ਇੱਕ ਸਾਲ ਲਈ ਵਿਆਜ ਵਿਆਜ ਤੇ ਇੱਕ ਵਾਰੀ ਜੁੜਨਾ ਨਾ ਲੈ ਪਹਿਲੇ ਸਾਲ ਚ ਸੋ ਪਹਿਲੇ ਸਾਲ ਵਿੱਚ ਸਧਾਰਨ ਵਿਆਜ ਤੇ ਮਿਸ਼ਰਤ ਵਿਆਜ ਬਰਾਬਰ ਹੁੰਦੇ ਨੇ ਮਤਲਬ ਕਿ ਸੌਰੀ ਜਿਹੜੀ ਮਿਸ਼ਰਤ ਧੰਦੀ ਪ੍ਰਾਪਤੀ ਇੱਕੋ ਹੀ ਹੁੰਦੀ ਹੈ ਕਿਉਂਕਿ ਪਹਿਲੇ ਸਾਲ ਹੀ ਵਿਆਜ ਲੱਗਾ ਹੈ ਦੂਜੇ ਸਾਲ ਵਿੱਚ ਜਾ ਕੇ ਕੀ ਹੁੰਦਾ ਹੈ ਜੇ 1 ਸਾਲ ਤੋਂ ਵੱਧ ਹੋ ਗਏ ਫਿਰ ਮਿਸ਼ਰਤ ਧੰ ਜਿਹੜਾ ਹੈ ਜਿਹੜਾ ਮਿਸ਼ਰਤ ਵਿਆਜ ਲੱਗ ਕੇ ਉਹ ਸਧਾਰਨ ਵਿਆਜ ਨਾਲੋਂ ਜ਼ਿਆਦਾ ਹੁੰਦਾ ਹੈ ਕਿਉਂਕਿ ਦੂਜੇ ਸਾਲ ਵਿੱਚ ਕੀ ਹੁੰਦਾ ਹੈ ਮੂਲ ਧੰ ਦੇ ਵਿੱਚ ਪਹਿਲੇ ਸਾਲ ਦਾ ਵਿਆਜ ਜੁੜ ਗਿਆ ਹੁੰਦਾ ਪਰ ਪਹਿਲੇ ਸਾਲ ਵਿੱਚ ਕੀ ਹੁੰਦਾ ਹੈ ਚਾਹੇ ਤੁਸੀਂ ਸਧਾਰਨ ਵਿਆਜ ਲਾ ਲਓ ਚਾਹੇ ਤੁਸੀਂ ਮਿਸ਼ਰਤ ਵਿਆਜ ਲਾ ਲਓ ਜੋ ਤੁਹਾਨੂੰ ਮਿਸ਼ਰਤ ਰਾਸ਼ੀ ਪ੍ਰਾਪਤ ਹੋਏਗੀ ਉਹ ਇੱਕੋ ਹੀ ਹੋਏਗੀ ਕਿਉਂਕਿ ਗੱਲ ਹੱਲੇ ਵਿਆਜ ਇੱਕ ਸਾਲ ਵਿੱਚ ਲੱਗਿਆ ਹੈ ਹੱਲੇ ਉਸ ਵਿਆਜ ਨੂੰ ਮੂਲ ਧਨ ਵਿੱਚ ਜੋੜਨ ਦੀ ਨੌਬਤ ਨਹੀਂ ਆਈ ਉਹ ਨੌਬਤ ਕਦੋਂ ਆਏਗੀ ਜਦੋਂ ਸਾਲ ਪੂਰਾ ਹੋ ਕੇ ਫਿਰ ਅਗਲੇ ਦੋ ਸਾਲ ਦੂਜੇ ਸਾਲ ਵਿੱਚ ਜਿਹੜੇ ਵਿਆਜ ਲੱਗਦਾ ਹੈ ਫਿਰ ਬੱਚੋ ਜਿਹੜਾ ਮਿਸ਼ਰਤ ਧਨ ਹੈਗਾ ਉਹ ਇਹ ਮਿਸ਼ਰਤ ਧਨ ਮਿਸ਼ਰਤ ਵਿਆਜ ਰਾਹੀਂ ਪ੍ਰਾਪਤ ਹੋਇਆ ਮਿਸ਼ਰਤ ਧਨ ਜਿਹੜਾ ਹੈ ਉਹ ਸਧਾਰਨ ਵਿਆਜ ਰਾਹੀਂ ਪ੍ਰਾਪਤ ਹੋਏ ਮਿਸ਼ਰਤ ਧਨ ਤੋਂ ਜ਼ਿਆਦਾ ਹੁੰਦਾ ਹੈ ਉਹਨੇ ਗਲਤੀ ਕੀ ਕੀਤੀ ਹੈ ਦੇਖੋ ਮੈਂ ਜਵਾਬ ਤੇ ਐਲਿਖਿਆ ਠੀਕ ਹੈ ਬੜਾ ਪਰ ਇਹ ਜਵਾਬ ਵੀ ਠੀਕ ਹੋ ਸਕਦਾ ਸੀ ਇਹਨਾਂ ਨੇ ਕੀ ਕੀਤਾ ਦੇਖੋ ਇਹਨਾਂ ਨੇ ਗਲਤੀ ਕੀ ਕੀਤੀ ਹੈ ਇੱਥੇ ਦੇਖੋ ਹੈਗਾ SI ਘੱਟ ਹੈਗਾ CI ਤੋਂ ਮਲਿਸਾਧਾਰਨ ਵਿਆਜ ਘੱਟ ਹੈਗਾ ਮਿਸ਼ਰਤ ਵਿਆਜ ਤੋਂ ਠੀਕ ਹੈ ਇਹ ਗੱਲ ਬਿਲਕੁਲ ਸਹੀ ਹੈਗੀ ਹੈ ਇਹ ਵੀ ਸਹੀ ਹੈਗਾ ਤੇ ਇੱਥੇ ਕੀ ਹੈਗਾ ਇੱਥੇ ਹੈਗਾ ਆਪਣਾ ਮਿਸ਼ਰਤ ਵਿਆਜ ਵੱਡਾ ਹੈ ਸਧਾਰਨ ਵਿਆਜ ਤੋਂ ਪਛਾਈ ਦਿਓ ਕਿ ਨਹੀਂ ਆਸਰੇਣੀ ਗੱਲ ਲੱਗੀ ਹੈ ਇੱਥੇ ਇਹਨਾਂ ਨੇ ਵੱਡਾ ਦਾ ਚਿੰਨ ਲਾਤਾ ਹੈ ਇੱਥੇ ਇਹਨਾਂ ਨੇ ਘੱਟ ਦਾ ਚਿੰਨ ਲਾਤਾ ਹੈ ਹੁਣ ਮੈਂ ਤੁਹਾਨੂੰ ਦੋ ਜਵਾਬ ਦਵਾ ਤੇ ਪੁੱਛਾਂ ਕਿ 3 ਵੱਡਾ ਜਾਂ 2 ਵੱਡਾ ਹੈ ਇੱਕ ਜਗ੍ਹਾ ਮੈਂ ਲਿਖ ਦਵਾ 2 3 ਤੋਂ ਛੋਟਾ ਹੈ ਤੇ ਦੂਜੇ ਪਾਸੇ ਲਿਖ ਦਵਾ 3 2 ਤੋਂ ਵੱਡਾ ਹੈ ਤੇ ਜਵਾਬ ਤੇ ਦੋਨੋਂ ਸਹੀ ਹੋ ਗਏ ਭੀ ਜਾਂ ਮੈਂ ਕਹਿ ਲਵਾਂ 3 2 ਤੋਂ ਵੱਡਾ ਹੈ ਤਾਂ ਵੀ ਗੱਲ ਸਹੀ ਹੈ ਤੇ ਜੇ ਮੈਂ ਕਹਾਂ 2 3 ਤੋਂ ਛੋਟਾ ਹੈ ਤਾਂ ਵੀ ਗੱਲ ਸਹੀ ਹੈ ਇੱਥੇ ਇਹਨਾਂ ਨੇ ਕੀ ਕਿਹਾ ਕੰਪਾਊਂਡ ਇੰਟਰਸਟ ਸਿੰਪਲ ਇੰਟਰਸਟ ਤੋਂ ਵੱਡਾ ਹੈ ਇਹ ਗੱਲ ਸਹੀ ਹੈਗੀ ਹੈ ਪਰ ਬੱਚਿਆਂ ਵੀ ਇਹ ਗੱਲ ਸਹੀ ਹੈ ਕਿ ਜਿਹੜਾ ਸਧਾਰਨ ਵਿਆਜ ਹੈ ਸਿੰਪਲ ਇੰਟਰਸਟ ਹੈ ਉਹ ਕੰਪਾਉਂਡ ਇੰਟਰਸਟ ਤੋਂ ਛੋਟਾ ਹੈਗਾ ਤੇ ਉਹੀ ਗੱਲ ਹੋ ਗਈ ਮਤਲਬ ਕਿ ਇਹ ਮੈਂ ਇਹ ਦੇਖੋ ਨਾ ਮਤਲਬ ਕਿ ਇਹ ਮੈਂ ਕੀ ਕੀਤਾ ਇੱਥੇ ਚਿੰਨ ਜਿਹੜਾ ਇਹ ਵੱਡੇ ਦਾ ਛੋਟਾ ਕਰ ਦਿੱਤਾ ਤੇ ਨਾਲ ਮੈਂ ਇਹਨੂੰ ਵੀ ਇੱਥੇ ਕਰ ਦਿੱਤਾ ਸਿੰਪਲ ਇੰਟਰਸਟ ਨੇ ਹੁਣ ਇਹਦੇ ਵਿੱਚ ਕੀ ਇਹ ਚ ਠੀਕ ਗਲਤੀ ਕੀ ਹੋਈ ਹੈ ਜਾਂ ਤੇ ਇਹ ਕੀ ਕਰਦੇ ਕਿ ਇਸ ਕੰਪਾਉਂਡ ਇੰਟਰਸਟ ਨੂੰ ਇੱਥੇ ਰਹਿਣ ਦਿੰਦੇ ਤੇ ਸਿੰਪਲ ਇੰਟਰਸਟ ਨੂੰ ਇੱਥੇ ਲਾਉਂਦੇ ਫੇਜ ਐਸ ਜਵਾਬ ਗਲਤ ਹੋ ਜਾਣਾ ਸੀਗਾ ਕਿ ਇਕੱਲਾ ਇੱਕੋ ਇੱਕ ਠੀਕ ਹੋਣਾ ਸੀਵਾ ਜਾਂ ਫਿਰ athe ਕੀ ਕਰਦੇ ਐਡ ਚਿੰਨ ਇਹਨਾਂ ਨੇ ਛੋਟਾ ਦਲਾਇਆ ਐ ਵੱਡੇ ਦਲਾ ਜਾਂਦੇ ਤਾਂ ਗੱਲ ਬੰਨੀ ਸੀ ਤਾਂ ਇਹ ਜੋ ਗਲਤ ਹੋਣਾ ਸੀ ਹੁਣ ਇਸ ਹਾਲਤ ਵਿੱਚ ਕੀ ਹੋ ਰਿਹਾ ਐ ਇਹ ਵੀ ਆਪਸ਼ਨ ਸਹੀ ਆ ਰਹੀ ਐ ਤੇ ਇਹ ਵੀ ਆਪਸ਼ਨ ਸਹੀ ਆ ਰਹੀ ਐ ਐ ਬੱਚੋ ਤਾਂ ਤੁਹਾਨੂੰ ਦੱਸਿਆ ਐ ਕਿ ਅਸੀਂ ਸਤਹੀ ਤੌਰ ਤੇ ਨਹੀਂ ਪੜਨਾ ਉੱਤੋਂ ਉੱਤੋਂ ਨਹੀਂ ਪੜਨਾ ਬਰੀਕੀ ਦੇ ਨਾਲ ਪੜਨਾ ਹੈ ਕਿਤਾਬ ਦੇ ਵਿੱਚ ਸਿਪਾਈ ਵੱਲੇ ਜਿਹੜੀਆਂ ਗਲਤੀਆਂ ਹੋ ਜਾਂਦੀਆਂ ਨੇ ਸਾਨੂੰ ਉਹਦੇ ਬਾਰੇ ਵੀ ਜਾਗਰੂਕਤਾ ਹੋਣੀ ਚਾਹੀਦੀ ਐ ਪਤਾ ਹੋਣਾ ਚਾਹੀਦਾ ਐ ਅੱਖਾਂ ਮੀਟ ਕੇ ਕਿਸੇ ਵੀ ਗੱਲ ਨੂੰ ਮੰਨ ਨਹੀਂ ਲੈਣਾ ਚਾਹੀਦਾ ਠੀਕ ਹੈ ਤਾਂ ਉਹਨੂੰ ਇਹ ਦੋਰ ਤਿੰਨ ਦੀ ਬੜੀ ਸੋਹਣੀ ਉਦਾਹਰਨ ਦਿੰਦੀ ਹੈ ਜਿਵੇਂ ਕਹਾਂ ਦੋ ਤਿੰਨ ਤੋਂ ਛੋਟਾ ਹੈ ਮੇਰਾ ਇਹ ਕਥਨ ਵੀ ਸਹੀ ਹੈਗਾ ਤੇ ਜੇ ਮੈਂ ਕਹਾਂ ਤਿੰਨ ਦੋ ਤੋਂ ਵੱਡਾ ਹੈ ਤੇ ਇਹ ਕਥਨ ਵੀ ਸਹੀ ਹੈ ਇਸੇ ਤਰ੍ਹਾਂ ਇੱਥੇ ਇਹਨਾਂ ਨੇ ਕਿਹਾ ਸਿੰਪਲ ਇੰਟਰਸਟ ਕੰਪਾਊਂਡ ਇੰਟਰਸਟ ਤੋਂ ਘੱਟ ਹੁੰਦਾ ਹੈ ਇਹ ਗੱਲ ਬਿਲਕੁਲ ਸਹੀ ਹੈ ਤੇ ਇੱਥੇ ਇਹਨਾਂ ਨੇ ਕਹਿ ਦਿੱਤਾ ਕੰਪਾਊਂਡ ਇੰਟਰਸਟ ਸਿੰਪਲ ਇੰਟਰਸਟ ਤੋਂ ਵੱਡਾ ਹੁੰਦਾ ਤੇ ਇਹ ਗੱਲ ਵੀ ਸਹੀ ਹੈਗੀ ਹੈ ਸੋ ਇਹਦਾ ਮਤਲਬ ਕੀ ਹੋਇਆ ਕਿ ਇਹ ਕਥਨ ਵੀ ਅਸਲ ਵਿੱਚ ਸਹੀ ਹੈ ਜੋ ਕਿ ਨਹੀਂ ਹੋਣਾ ਚਾਹੀਦਾ ਸੀਗਾ ਕਿਉਂਕਿ ਇਦਾਂ ਵਿਦਿਆਰਥੀਆਂ ਨੂੰ ਭੰਬਲ ਪੁੱਸਾ ਪੈ ਸਕਦਾ ਹੈ ਕਨਫਿਊਜ਼ਨ ਹੋ ਸਕਦਾ ਹੈ ਖੈਰ ਮੈਂ ਤੁਹਾਡੇ ਧਿਆਨ ਵਿੱਚ ਇਹ ਗੱਲ ਬੜੇ ਵਿਸਥਾਰ ਦੇ ਨਾਲ ਲਿਆ ਦਿੱਤੀ ਹੈ ਸੋ ਐਸੀਾਰੇ ਵਿਦਿਆਰਥੀਓ ਤੁਹਾਡਾ ਅਭਿਆਸ ਨੰਬਰ 7.6 ਤੇ ਉਹ ਅਭਿਆਸ ਇਸ ਵੀਡੀਓ ਨਾਲ ਹੀ ਇਸ ਮਾਪਤ ਹੁੰਦਾ ਹੈ ਅਗਲਾ ਅਭਿਆਸ ਵੀ ਛੇਤੀ ਤੁਹਾਡੇ ਲਈ ਲੈ ਕੇ ਆਵਾਂਗੇ ਵੀਡੀਓ ਤਿਆਰ ਕਰਕੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਪੜ੍ਹਦੇ ਜਾਓ ਪੜਾਈ ਕਰੀ ਚਲੋ ਤੇ ਅਗਲੀ ਵੀਡੀਓ ਤੱਕ ਲਈ ਲਵ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ